ਸੰਤ ਗੁਰਬਖਸ਼ ਸਿੰਘ ਜੀ ਡੰਨਾ ਦੀ ਮਿੱਠੜੀ ਆਦ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਡੰਨਾ ਜੰਮੂ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪ੍ਰਚਾਰਕਾਂ ਨੇ ਪਹੁੰਚ ਕੇ ਸੰਤਾਂ ਨੂੰ ਹਰਜਸਤ ਨਾਲ ਨਿਹਾਲ ਕੀਤਾ ਇਸ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਇਆ ਅਤੇ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਇਸ ਦੀ ਵਧੇਰੇ ਜਾਣਕਾਰੀ ਐਸਜੀਐਸਟੀ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਮਨਜੀਤ ਸਿੰਘ ਅਤੇ ਡੀਜੀਪੀਸੀ ਜੰਮੂ ਦੇ ਉਪ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਖਾਸ ਤੌਰ ਤੇ ਪਹੁੰਚੇ ਅਤੇ ਸੰਗਤਾਂ ਦੇ ਦਰਸ਼ਨ ਕੀਤੇ ਉਹਨਾਂ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਜੀ ਜਲੰਧਰ ਵਾਲੇ ਲੋਕਲ ਰਾਗੀ ਜਥੇ ਭਾਈ ਜਗਤਾਰ ਸਿੰਘ ਜੀ ਭਾਈ ਸਾਹਿਬ ਭਾਈ ਜਾਗੀਰ ਸਿੰਘ ਜੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਵਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ ਅਤੇ ਗੰਗਾ ਨਗਰ ਤੋਂ ਖਾਸ ਤੌਰ ਤੇ ਸੰਗਤਾਂ ਨੇ ਹਾਜ਼ਰੀ ਲਵਾਈ ਜਿਨ੍ਹਾਂ ਨੇ ਸੇਵਾ ਵੀ ਨਿਭਾਈ ਅੱਜ ਦਾ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਫਰਵਰੀ ਦੇ ਤੀਜੇ ਐਤਵਾਰ ਨੂੰ ਜੋ ਮਨਾਇਆ ਜਾਂਦਾ ਹੈ ਸੰਤ ਗੁਰਬਖਸ਼ ਸਿੰਘ ਜੀ ਦੀਆਂ ਦੀ ਮਿੱਠੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਮਨਾਇਆ ਜਾਂਦਾ ਹੈ ਉਹ ਇਸ ਸਾਲ ਦੀ ਇਸ ਸਾਲ ਵੀ ਬੜੀ ਤੁਮਤਾਮ ਨਾਲ ਬੜੇ ਉਤਸ਼ਾਹ ਪ੍ਰੇਮ ਨਾਲ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਗਿਆ ਜੋ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਸਮਾਗਮ ਹੋਇਆ ਸਵੇਰੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਖੰਡ ਪਾਠ ਸਾਹਿਬ ਦਾ ਪੋਗ ਪਿਆ ਜੋ ਲੜੀਵਾਰ ਖੰਡ ਪਾਠ ਸਾਹਿਬ 45 ਖੰਡ ਪਾਠ ਸਾਹਿਬ ਤਕਰੀਬਨ ਇੱਥੇ ਹੋਏ ਨੇ ਅੱਜ ਆਖਰੀ ਖੰਡ ਪਾਠ ਸਾਹਿਬ ਦਾ ਭੋਗ ਜਿਹੜੇ ਸਪਾਏ ਗਿਆ ਸਵੇਰੇ ਉਸ ਤੋਂ ਬਾਅਦ ਦੀਵਾਨ ਸਜਾਏਗੇ ਜਿਦੇ ਵਿੱਚ ਬਹੁਤ ਸਾਰੇ ਰਾਗੀ ਜਥੇ ਲੋਕਲ ਰਾਗੀ ਜਥੇ ਵੀ ਤੇ ਬਾਹਰੋਂ ਵੀ ਰਾਗੀ ਜਥੇ ਪਹੁੰਚੇ ਖਾਸ ਉੱਚੇ ਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਹੈਡ ਗ੍ਰੰਥੀ ਇਸ ਲਈ ਮੌਜੂਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉੱਚੇ ਚੇ ਤੌਰ ਤੇ ਸੰਤੇਜਵਨ ਸਿੰਘ ਜੀ ਦੇ ਬਲਾਵੇ ਤੇ ਇੱਥੇ ਪਹੁੰਚੇ ਸਨ ਉਹਨਾਂ ਨੇ ਇੱਥੇ ਹਾਜ਼ਰੀ ਲਵਾਈ ਸੰਗਤਾਂ ਦੇ ਦਰਸ਼ਨ ਕੀਤੇ ਨਾਲ ਆਪਣੇ ਕਥਾ ਵਿਚਾਰ ਰਖੇ ਉਸ ਤੋਂ ਇਲਾਵਾ ਬਾਹਰ ਤੋਂ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਜਲੰਧਰ ਵਾਲੇ ਉਹ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਵੀ ਸੰਗਤਾਂ ਨੂੰ ਰਸਪੈਣਾ ਕੀਰਤਨ ਸਰਵਣ ਕਰਾਇਆ ਉਸ ਦੇ ਨਾਲ-ਨਾਲ ਲੋਕਲ ਰਾਗੀ ਜਥੇ ਭਾਈ ਡਕਟਰ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਈ ਹੈ ਪਾਈ ਸਾਹਿਬ ਆ ਜਗੀਰ ਸਿੰਘ ਜੀ ਪਾਈ ਦਵਿੰਦਰ ਸਿੰਘ ਜੀ ਪਾਈ ਪਰਵਿੰਦਰ ਸਿੰਘ ਜੀ ਪ੍ਰਭ ਜੋਤ ਸਿੰਘ ਜੀ ਇਸ ਤਰ੍ਹਾਂ ਸਾਰੇ ਜਿੰਨੇ ਵੀ ਰਾਗੀ ਜਥੇ ਲੋਕਲ ਸਾਰੇ ਸਾਡੇ ਮੰਨੇ ਦੇ ਰਾਗੀ ਜਥੇ ਨੇ ਉਹ ਇੱਥੇ ਪਹੁੰਚੇ ਤੇ ਸੰਗਤਾਂ ਦੇ ਦਰਸ਼ਨ ਵੀ ਕੀਤੇ ਤੇ ਨਾਲ ਸੰਗਤਾਂ ਨੂੰ ਕੀਰਤਨ ਨਾਲ ਜੁੜਿਆ ਇਸ ਤੋਂ ਇਲਾਵਾ ਸਾਡੇ ਕੋਲ ਬਾਹਰ ਤੋਂ ਜਿਹੜੀ ਸੰਗਤ ਆਈ ਸੀ ਖਾਸ ਕਰਕੇ ਗੰਗਾ ਨਗਰ ਤੋਂ ਖਾਸ ਤੌਰ ਤੇ ਉੱਚੇਚੇ ਇਸ ਪ੍ਰੋਗਰਾਮ ਲਈ ਇੱਥੇ ਆਜ਼ਰੀ ਉਹਨਾਂ ਨੇ ਲਵਾਈ ਹੈ ਉਹ ਪਰਸੂ ਨੂੰ ਇੰਦੋਂ ਇੱਥੇ ਆਏ ਸਨ ਤੇ ਇੱਥੇ ਆ ਕੇ ਗੁਰੂ ਮਹਾਰਾਜ ਦੀ ਉੱਤ ਤੇ ਬਖਸ਼ਿਸ਼ ਨਾਲ ਇੱਥੇ ਪਹੁੰਚੇ ਤੇ ਸੰਗਤ ਦੀ ਸੇਵਾ ਜਿਹੜੀ ਹੈ ਉਹਨਾਂ ਨੇ ਆਪ ਆਪਣੇ ਹੱਥੀ ਕੀਤੀ ਹੈ ਅੱਜ ਜੋ ਤੁਸੀਂ ਦੇਖ ਰਹੇ ਸੀ ਜੋ ਪਕੌੜਿਆਂ ਦਾ ਉਹਨਾਂ ਨੇ ਲੰਗਰ ਇੱਥੇ ਲਗਾਇਆ ਸੀ ਸੰਗਤ ਲਈ ਤੁਸੀਂ ਆਪ ਦੇਖਿਓਣਾ ਕਿ ਉੱਥੇ ਕਿੰਨਾ ਉਤਸ਼ਾਹ ਸੀ ਲੋਕਾਂ ਦਾ ਉਸ ਲੰਗਰ ਛਕਣ ਲਈ ਉਸ ਤੋਂ ਇਲਾਵਾ ਜਿਹੜਾ ਹਰ ਸਾਲ ਦੀ ਤਰ੍ਹਾਂ ਸਮੁੱਚੇ ਲੰਗਰ ਦੀ ਜੋ ਸੇਵਾ ਹੈ ਉਹ ਸਰਦਾਰ ਜੋਗਿੰਦਰ ਸਿੰਘ ਜੀ ਬਾਲੀ ਉਹਨਾਂ ਦੀ ਤਾਰਮ ਪਤਨੀ ਉਪਦੇਸ਼ ਕੌਰ ਬਾਲੀ ਤੇ ਉਹਨਾਂ ਦੇ ਪੂਰੇ ਪਰਿਵਾਰ ਬੱਚੇ ਬੇਟੀ ਦਮਾਦ ਉਹਨਾਂ ਦੇ ਸਾਰਿਆਂ ਨੇ ਮਿਲ ਕੇ ਜੋ ਇਹ ਲੰਗਰ ਦੀ ਸੇਵਾ ਜੋ ਹਰ ਸਾਲ ਉਹ ਕਰਦੇ ਨੇ ਉਹ ਸਾਰਾ ਲੰਗਰ ਉਹਨਾਂ ਦੀ ਤਰਫੋਂ ਸੀ ਨਾਲ ਹੀ ਉਹਨਾਂ ਨੇ ਸਮੋਸਿਆਂ ਦਾ ਬਾਹਰ ਵੀ ਲੰਗਰ ਲਗਾਇਆ ਸੀ ਉਹ ਜੋ ਵੀ ਸੇਵਾ ਜਿੰਨੀ ਵੀ ਹੈ ਅੱਜ ਤੱਕ ਉਹ ਹਮੇਸ਼ਾ ਨਿਭਾਉਂਦੇ ਆਏ ਨੇ ਤੇ ਜਦੋਂ ਵੀ ਕਦੇ ਲੋੜ ਪੈਂਦੀ ਹੈ ਉਹਨਾਂ ਨੇ ਅਸੀਂ ਯਾਦ ਕਰੀਏ ਉਹ ਪਿੱਛੇ ਨਹੀਂ ਹਟਦੇ ਤੋਂ ਉਹਨਾਂ ਤੋਂ ਇਲਾਵਾ ਹੋਰ ਸੰਗਤ ਜਿਹੜੀ ਸੀ ਸੇਵਾ ਸੇਵਾ ਜਿਹੜੀ ਕਰ ਰਹੀ ਸੀ ਬਾਹਰ ਤੁਸੀਂ ਦੇਖਿਆ ਹੋਣਾ ਚਾਹ ਦਾ ਸਟਾਲ ਸੀ ਸਰਦਾਰ ਮਾਨ ਸਿੰਘ ਜੀ ਡਾਕਟਰ ਜੀ ਦਾ ਪਵਿੰਦਰ ਸਿੰਘ ਜੀ ਕੁਕਰੇਜਾ ਫਾਊਂਡੇਸ਼ਨ ਵੱਲੋਂ ਜੂਸ ਦਾ ਸਟਾਲ ਸੀ ਬਾਗੜੀ ਪਰਿਵਾਰ ਜੋ ਆਪ ਕੈਨੇਡਾ ਚੜ੍ਹਦੇ ਨੇ ਲੇਕਿਨ ਇਨਾ ਉਹਨਾਂ ਨੂੰ ਇਸ ਢੇਰੇ ਨਾਲ ਲਗਾਓ ਹੈ ਪਿਆਰ ਹੈ ਕਿ ਉਹਨਾਂ ਨੇ ਆਈਸਕ੍ਰੀਮ ਦਾ ਇੱਥੇ ਸਟਾਲ ਲਗਾਇਆ ਉਸ ਤੋਂ ਇਲਾਵਾ ਵੀ ਹੋਰ ਵੀ ਸਟਾਲ ਲੱਗੇ ਸਨ ਸੋ ਸਾਰਿਆਂ ਨੇ ਜੋ ਅੱਜ ਸੇਵਾ ਸੰਗਤ ਕੀਤੀ ਅਸੀਂ ਸਾਰਿਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਹਾਜ਼ਰੀ ਲਵਾਈ ਹੈ ਖਾਸ ਕਰਕੇ ਸੰਤੇ ਜੌਨ ਸਿੰਘ ਜੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਸੀ ਕੇ ਥਾਂ ਥਾਂ ਤੇ ਬਸਾਂ ਭੇਜ ਕੇ ਉਥੇ ਸੰਗਤ ਨੂੰ ਲਿਆਂਦਾ ਗਿਆ ਤੇ ਕਾਰਾਂ ਤੱਕ ਵਾਪਸ ਪਹੁੰਚਾਇਆ ਗਿਆ ਸੋ ਸੰਗਤ ਦਾ ਬਹੁਤ بڑا ਸਹਿਯੋਗ ਹੈ ਜੋ ਇਥੇ ਹਾਜ਼ਰੀ ਲਗਾ ਕੇ ਇਸ ਸਮਾਗਮ ਨੂੰ ਜਿਹੜਾ ਸਫਲ ਕੀਤਾ ਤੇ ਇਹ ਹੀ ਉਮੀਦ ਕਰਾਂਗੇ ਕਿ ਹਰ ਸਾਲ ਇਸੇ ਤਰ੍ਹਾਂ ਵੀ ਸੰਗਤ ਇਥੇ ਹਾਜ਼ਰੀ ਲਗਾਉਂਦੀ ਰਹੇਗੀ ਤੇ ਸਾਰਿਆਂ ਦਾ ਜੋ ਯੋਗ ਜੋ ਰਹੇਗਾ ਸਕੂਲ ਜਿ세 ਤੁਸੀਂ ਖੜੇ ਹੋ ਇਹ ਵੀ ਸੰਤੇ ਜਵਨ ਸਿੰਘ ਜੀ ਉਹਨਾਂ ਦੀ ਇੱਕ ਦੇਨ ਹੈ ਬਹੁਤ ਵੱਡੀ ਦੇਨ ਹੈ ਜਿੱਥੇ ਸਕੂਲ ਮਿਆਰ ਤੇ ਉਤਰਿਆ ਉਥੇ ਨਾਲ ਹੀ ਇੱਕ ਅਧਿਆਤਮਿਕ ਸਕੂਲ ਜਿਹੜਾ ਹੈ ਉਹ ਕੇਂਦਰ ਜਿਹੜਾ ਹੈ ਮੜ ਬਾਗ ਉਤੇ ਵੀ ਸੰਤੇ ਚੌਂ ਸਿੰਘ ਜੀ ਨੇ ਤਿਆਰ ਕੀਤਾ ਸੋ ਕੋਸ਼ਿਸ਼ ਇਹ ਹੈ ਜਿੱਥੇ ਅਧਿਆਤਮਿਕ ਪੜਾਈ ਹੋਏਗੀ ਉਥੇ ਨਾਲ ਹੀ ਦੁਨੀਆਵੀ ਪੜਾਈ ਨਾਲ ਵੀ ਬੱਚੇ ਨੂੰ ਜੋੜਿਆ ਜਾਏਗਾ ਅਸੀਂ ਸਾਰੇ ਹੀ ਉਹਨਾਂ ਜਥੇਬੰਦੀਆਂ ਦਾ ਉਹਨਾਂ ਡਿਸਟ੍ਰਿਕਟ ਕਮੇਟੀਆਂ ਦਾ ਇਸਤਰੀ ਸਤਸੰਗ ਸਭਾਵਾਂ ਦਾ ਜਿੰਨੇ ਵੀ ਸਾਡੇ ਐਨਜੀਓ ਜਿੰਨੇ ਵੀ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਇੱਥੇ ਦੇ ਸਟਾਫ ਦਾ ਜਿਸ ਜਿਸ ਨੇ ਵੀ ਇਸ ਅੱਜ ਦੇ ਸ੍ਰੀਮਤ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਅਸੀਂ ਸਾਰੇ ਇਸ ٹرسٹ ਦੇ ਮੈਂਬਰ ਹੋਣ ਦੇ ਬਜਾਏ ਸਕੂਲ ਦੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਰੰਦਾ ਹੈ ਔਰ ਜਿਸ ਬਿਲਡਿੰਗ 'ਚ ਅਸੀਂ ਖੜੇ ਹਾਂ ਇਹ ਬਿਲਡਿੰਗ ਦਾ ਥੋੜਾ ਜਿਹਾ ਮੈਂ ਵੀ ਦਾ ਜ਼ਿਕਰ ਕਰਦੇ ਹਾਂ ਕਿ ਇਹ ਤੋਂ 5-7 ਸਾਲ 5-6 ਸਾਲ ਪਹਿਲੇ ਜੋ ਸੰਤ ਜੀ ਨੇ ਜੋ ਸੰਤ ਗੁਰਪਖ ਸਿੰਘ ਜੀ ਦਾ ਨਾਦਿਕ ਬਹੁਤ ਵੱਡੀ ਸੋਚ ਸੀ ਕਿ ਇੱਥੇ ਇੱਕ ਐਜੂਕੇਸ਼ਨ ਦਾ ਅਦਾਰਾ ਦਿੱਤਾ ਜਾਵੇ ਤਾਂ ਸੰਤ ਤੇਜਵੰਦ ਸਿੰਘ ਜੀ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਬਹੁਤ ਵੱਡਾ ਇੱਕ ਐਜੂਕੇਸ਼ਨ ਦਾ ਅਦਾਰਾ ਦਿੱ ਸੰਤ ਗੁਰਬਖਸ਼ ਸਿੰਘ ਜੀ ਜੰਡਾ ਦੀ ਯੂਨੀਅਨ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਬਹੁਤ ਵੱਡਾ ਇਦਾਰਾ ਔਰ ਬਹੁਤ ਕਾਮਯਾਬੀ ਨਾਲ ਵੱਧਦਾ ਜਾ ਰਿਹਾ ਹੈ ਗੁਰੂ ਮਹਾਰਾਜ ਕਰੇ ਇਹਨਾਂ ਨੂੰ ਸਿੱਧਾਂ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਵੱਡੀ ਉਮਰ ਇਹਨਾਂ ਦੀ ਕਰੇ ਤਾਂ ਕਿ ਕਮਿਊਨਿਟੀ ਦੇ ਰਸੇ ਦੇ ਅੰਦਰ ਤੇ ਇਹ ਇਦਾਰਾ ਹੋਰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਦਾ ਅਤੇ ਪਹੁੰਚੀ ਹੋਈ ਸੰਗਤਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉਮੀਦ ਕੀਤੀ ਗਈ ਕਿ ਇਸ ਤਰ੍ਹਾਂ ਹੀ ਆਉਣ ਵਾਲੇ ਸਮਾਗਮਾਂ ਵਿੱਚ ਵੀ ਸੰਗਤਾਂ ਪਹੁੰਚਦੀਆਂ ਰਹਿਣਗੀਆਂ ਅਤੇ ਇਸ ਤਰ੍ਹਾਂ ਹੀ ਸਮਾਗਮਾਂ ਨੂੰ ਸਫਲ ਬਣਾਉਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ